प्यारे बच्चों, आपां तुहाडी जनरल पंजाबी दी पाठ पुस्तक विच्चों 12वीं श्रेणी दे लई जो निर्धारित है, इस दे विच्चों पंजाब दे लोग जिहड़ा पंजाबी सभ्याचार दी जाण पहचान वाले भाग विच्चों डॉक्टर जगीर सिंह नूर जी दा लेख पंजाब दे लोक नाच दा अध्ययन करन उपरंत इस तुहाडे अभ्यास दे लई जिहड़ा है ਉਹ ਦਿੱਤੇ ਗਏ ਪ੍ਰਸ਼ਨਾਂ ਤੇ ਚਰਚਾ ਕਰ ਰਹੇ ਹਾਂ ਤੇ ਆਪਾਂ ਜਿਹੜਾ ਚਰਚਾ ਕਰ ਰਹੇ ਸੀ ਇਸਤਰੀਆਂ ਦੇ ਲੋਕ ਨਾਚਾਂ ਤੇ ਜਿਹੜੇ ਪ੍ਰਸ਼ਨ ਦੇ ਵਿੱਚ ਪੁੱਛੇ ਗਏ ਸੀ ਵੀ ਇਸਤਰੀਆਂ ਦੇ ਲੋਕ ਨਾਚ ਕਿਹੜੇ ਕਿਹੜੇ ਹਨ ਹਾਂ ਬੇਟਾ ਇਹਦੇ ਤੇ ਆਪਾਂ ਜਿਹੜੀ ਹੈ ਉਹ ਸੰਮੀ ਜਿਹੜਾ ਹੈ ਉਹ ਕੰਟੀਨਿਊ ਕੀਤਾ ਹੋਇਆ ਸੀ ਆਓ ਅੱਗੇ ਜਿਹੜਾ ਜਾਰੀ ਰੱਖਦੇ ਹਾਂ ਤੇ ਮੈਂ ਸੁਰੇਸ਼ ਕੁਮਾਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰੂਵਰ ਸਹਾਈ ਤੁਹਾਡੇ ਲਈ ਇਹ ਜਿਹੜਾ ਲੈਕਚਰ ਹੈ ਜਿਹੜਾ ਕਿ 11ਵਾਂ ਲੈਕਚਰ ਹੈ ਇਹ ਤੁਹਾਡੇ ਲਈ ਸਕੂਲ ਦੇ ਬਣੇ ਯੂਟਿਊਬ ਚੈਨਲ GSS ਬੁਆਏ ਸਕੂਲ ਗੁਰੂਵਰ ਸਹਾਈ ਤੇ ਅਪਲੋਡ ਕਰਵਾ ਰਿਹਾ ਹਾਂ ਤੇ ਤੁਸੀਂ ਬੇਟਾ ਇਸ ਚੈਨਲ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਸਬਸਕ੍ਰਾਈਬ ਕਰੋ, ਸ਼ੇਅਰ ਕਰੋ, ਲਾਈਕ ਕਰੋ ਤੇ ਇਸ ਦੇ ਲਿੰਕ ਆਪਣੇ ਯਾਰਾਂ ਦੋਸਤਾਂ ਤੱਕ ਵੱਧ ਤੋਂ ਵੱਧ ਗਿਣਤੀ ਵਿੱਚ ਭੇਜੋ ਤਾਂ ਜੋ ਸਮੁੱਚਾ ਪੰਜਾਬ ਦਾ ਵਿਦਿਆਰਥੀ ਵਰਗ ਮੇਰੇ ਇਸ ਲੈਕਚਰ ਦਾ ਜਿਹੜਾ ਹੈ ਪੂਰਾ ਪੂਰਾ ਫਾਇਦਾ ਉਠਾ ਸਕੇ ਤੇ ਆਓ ਬੇਟਾ ਕੰਟੀਨਿਊ ਕਰਨੇ ਆ ਇਸਤਰੀਆਂ ਦੇ ਲੋਕ ਨਾਚ ਸੰਮੀ ਸੰਮੀ ਬੇਟਾ ਇਸਤਰੀਆਂ ਦਾ ਜਿਹੜਾ ਹੈ ਉਹ ਪ੍ਰਸਿੱਧ ਲੋਕ ਨਾਚ ਹੈ ਤੇ ਇਸ ਦੇ ਬਾਰੇ ਤੁਹਾਨੂੰ ਦੱਸਿਆ ਗਿਆ ਸੀ ਵੀ ਕਈ ਦੰਦ ਕਥਾਵਾਂ ਜਿਹੜੀਆਂ ਨੇ ਉਹ ਪ੍ਰਚਲਿਤ ਹਨ ਤੇ ਇਹ ਕਿਸ ਤਰ੍ਹਾਂ ਨੱਚਿਆ ਜਾਂਦਾ ਹੈ ਇਸ ਦੀ ਚਰਚਾ ਕਰਦੇ ਹਾਂ ਇਹਦੇ ਚ ਇਹ ਵੀ ਮੁਟਿਆਰਾਂ ਜਿਹੜੀਆਂ ਨੇ ਪਹਿਲਾਂ ਆਪਣੇ ਦੋਵਾਂ ਹੱਥਾਂ ਨੂੰ ਜਿਹੜਾ ਹੈ ਦੋਵਾਂ ਹੱਥਾਂ ਨੂੰ ਪਾਸਿਆਂ ਤੋਂ ਘੁਮਾਉਂਦੀਆਂ ਹਨ ਤੇ ਛਾਤੀਆਂ ਦੇ ਕੋਲ ਲਿਆ ਕੇ ਤਾੜੀ ਮਾਰਦੀਆਂ ਹਨ ਤੇ ਫਿਰ ਸੱਜੀ ਬਾਂਹ ਨੂੰ ਲਹਿਰ ਵਾਂਗ ਉੱਤੇ ਉਲਾਰ ਕੇ ਖੱਬੀ ਬਾਂਹ ਹੇਠਾਂ ਵੱਲ ਲਟਕਾ ਕੇ ਅਦਾ ਨਾਲ ਚੁਟਕੀਆਂ ਮਾਰਦੀਆਂ ਹਨ ਫਿਰ ਇਸ ਦੇ ਉਲਟ ਖੱਬੀ ਬਾਂਹ ਉੱਪਰ ਲਹਿਰਾ ਕੇ ਅਤੇ ਸੱਜੀ ਬਾਂਹ ਹੇਠਾਂ ਲਟਕਾ ਕੇ ਚੁਟਕੀਆਂ ਮਾਰਦੀਆਂ ਹਨ ਹਰ ਹੁਲਾਰੇ ਨਾਲ ਉਹ ਆਪਣੇ ਆਪਣੇ ਲੱਕ ਬੇਟਾ ਕਮਰ ਨੂੰ ਕਹਿੰਦੇ ਆ ਇੱਕ ਟੁੰਬਵੀਂ ਜਿਹੜੀਆਂ ਲਚਕ ਦਿੰਦੀਆਂ ਹਨ ਜਿਹੜੀਆਂ ਮਨ ਨੂੰ ਟੁੰਬਦੀਆਂ ਹਨ ਟੁੰਬਦੀ ਹੈ ਇਸ ਪਿੱਛੋਂ ਉਹ ਅੱਗੇ ਵੱਲ ਨੂੰ ਚੁੱਕ ਕੇ ਤਾੜੀਆਂ ਮਾਰਦੀਆਂ ਹਨ ਅਤੇ ਗੋਲ ਦਾਇਰੇ ਵਿੱਚ ਘੁੰਮਦੀਆਂ ਹੋਈਆਂ ਅਗਾਂਹ ਵਧਦੀਆਂ ਜਾਂਦੀਆਂ ਹਨ ਇਸ ਵਿੱਚ ਨਮਸਕਾਰ ਸਲਾਮੀ ਮੁਦਰਾ ਤਾਂ ਕਮਾਲ ਦੀ ਹੁੰਦੀ ਹੈ ਸੰਮੀ ਲੋਕ ਨਾਚ ਦੇ ਇੱਕ ਪ੍ਰਸਿੱਧ ਗੀਤ ਦੀਆਂ ਕੁਝ ਸਤਰਾਂ ਜਿਹੜੀਆਂ ਨੇ ਉਹ ਜਿਨ੍ਹਾਂ ਦੀ ਚਰਚਾ ਆਪਾਂ ਪਹਿਲਾਂ ਵੀ ਕੀਤੀ ਸੀ ਅੱਗੇ ਫਿਰ ਕਰਦੇ ਹਾਂ ਕਹਿੰਦਾ ਸੰਮੀ ਮੇਰੀ ਵਣ ਕੂ ਤਾਂ ਮੇਰੇ ਵੀਰ ਦੀ ਵਣ ਸੰਮੀਆਂ ਸੰਮੀ ਮੇਰੀ ਵਣ ਕੋਠੇ ਤੇ ਪਰ ਕੋਠੜਾ ਵਣ ਸੰਮੀਆਂ ਸੰਮੀ ਮੇਰੀ ਵਣ ਕੋਠੇ ਤੇ ਤੰਦੂਰ ਵਣ ਸੰਮੀਆਂ ਸੰਮੀ ਮੇਰੀ ਵਣ ਗਿਣ ਗਿਣ ਲਾਵਾਂ ਰੋਟੀਆਂ ਵਣ ਸੰਮੀਆਂ ਖਾਉਣ ਵਾਲੇ ਦੂਰ ਵਣ ਸੰਮੀਆਂ ਸੰਮੀ ਮੇਰੀ ਵਣ ਖਾਉਣ ਵਾਲੇ ਆ ਗਏ ਵਣ ਸੰਮੀਆਂ ਹਾਂ ਬੇਟਾ ਅੱਗੇ ਜਿਹੜਾ ਹੈ ਚਰਚਾ ਕਰਦੇ ਹਾਂ ਆਪਾਂ ਜਿਹੜਾ ਇਸਤਰੀਆਂ ਦਾ ਅਗਲਾ ਲੋਕ ਨਾਚ ਹੈ ਉਹ ਹੈ ਕਿੱਕਲੀ ਕਿੱਕਲੀ ਛੋਟੀਆਂ ਕੁੜੀਆਂ ਦਾ ਲੋਕ ਨਾਚ ਹੈ ਤੇ ਦੂਜੇ ਲੋਕ ਨਾਚਾਂ ਵਿੱਚ ਇਸ ਦੀ ਵੱਖਰੀ ਪਹਿਚਾਣ ਹੈ ਤੇ ਇਸ ਲੋਕ ਨਾਚ ਨੂੰ ਇਸਤਰੀਆਂ ਗਿੱਧੇ ਜਾਂ ਹੋਰ ਲੋਕ ਨਾਚਾਂ ਦੇ ਆਰੰਭ ਜਾਂ ਅੰਤਿਮ ਚਰਨ ਤੇ ਵੀ ਪੇਸ਼ ਕਰ ਲੈਂਦੀਆਂ ਹਨ ਅਸਲ ਦੇ ਵਿੱਚ ਇਹ ਲੋਕ ਨਾਚ ਗਿੱਧੇ ਦੀ ਨਰਸਰੀ ਹੈ ਨਿੱਕੀਆਂ ਕੁੜੀਆਂ ਆਪਣੇ ਮਨ ਪਰਚਾਵੇ ਲਈ ਕਿਸੇ ਖੁਸ਼ੀ ਦੇ ਮੌਕੇ ਤੇ ਦੋ ਜਾਂ ਦੋ ਤੋਂ ਵੱਧ ਦੇ ਸਮੂਹ ਵਿੱਚ ਕਿਸੇ ਵਿਹੜੇ ਖੇਤ ਚੁਗਿਰਦੇ ਜਾਂ ਕੋਠੇ ਦੀ ਛੱਤ ਤੇ ਇਸ ਲੋਕ ਨਾਚ ਨੂੰ ਨਿੱਕੇ ਨਿੱਕੇ ਲੋਕ ਗੀਤਾਂ ਦੇ ਨਾਲ ਨਾਲ ਨੱਚ ਲੈਂਦੀਆਂ ਹਨ ਇਸ ਦੇ ਪ੍ਰਚਲਿਤ ਜਿਹੜੇ ਲੋਕ ਗੀਤ ਦਾ ਨਮੂਨਾ ਜਿਹੜਾ ਹੈ ਉਹ ਹੈ ਆਮ ਤੌਰ ਤੇ ਜਿਹੜਾ ਚੱਲਦਾ ਹੈ ਉਹ ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ ਦੁਪੱਟਾ ਮੇਰੇ ਭਾਈ ਦਾ ਫਿੱਟੇ ਮੂੰਹ ਜਵਾਈ ਦਾ ਇਸ ਲਈ ਕੁੜੀਆਂ ਕਿਸੇ ਵੀ ਥਾਂ ਇਕੱਤਰ ਹੋ ਕੇ ਦੋ ਦੋ ਜੋਟੇ ਬਣਾ ਲੈਂਦੀਆਂ ਹਨ ਤੇ ਜਿਹੜਾ ਜੋਟਾ ਸਮੂਹ ਦੇ ਇਕੱਠ ਦੇ ਵਿਚਕਾਰ ਆ ਕੇ ਕਿੱਕਲੀ ਪੇਸ਼ ਕਰਨ ਵਾਲਾ ਹੁੰਦਾ ਹੈ ਉਸ ਵਿੱਚੋਂ ਇੱਕ ਕੁੜੀ ਦੂਸਰੀ ਕੁੜੀ ਦਾ ਸੱਜਾ ਹੱਥ ਆਪਣੇ ਸੱਜੇ ਹੱਥ ਦੇ ਵਿੱਚ ਅਤੇ ਖੱਬਾ ਹੱਥ ਆਪਣੇ ਖੱਬੇ ਹੱਥ ਵਿੱਚ ਘੁੱਟ ਕੇ ਫੜ ਲੈਂਦੀ ਹੈ ਇਸ ਤਰ੍ਹਾਂ ਦੂਜੀ ਕੁੜੀ ਵੀ ਕਰਦੀ ਹੈ ਤੇ ਇਸ ਮੁਦਰਾ ਵਿੱਚ ਦੋਵਾਂ ਕੁੜੀਆਂ ਦੀਆਂ ਦੋਵਾਂ ਬਾਹਾਂ ਦੀ ਸੰਗਲੀ ਜਿਹੀ
ਜਿਹੜੀ ਆਠੇ ਦੇ ਆਕਾਰ ਦੀ ਬਣ ਜਾਂਦੀ ਹੈ, ਜਿਹੜਾ ਆਪਣਾ ਹਿੰਦਸੇ ਦਾ ਆਠਾ ਬਣਦਾ ਉਸ ਤਰ੍ਹਾਂ ਦੀ, ਕਿਉਂਕਿ ਇਸ ਤਰ੍ਹਾਂ ਦੂਜਾ ਵੀ ਦੂਜੇ ਬੰਨੇ ਹੋ ਜਾਂਦਾ ਹੈ, ਆਠਾ ਬਣ ਜਾਂਦਾ ਹੈ। ਬਾਹਾਂ ਨੂੰ ਇਸ ਸਥਿਤੀ ਵਿੱਚ ਕੰਨ ਪਿੱਛੋਂ ਕੁੜੀਆਂ ਆਪਣੇ ਪੈਰ ਦਾ ਭਾਰ ਪੱਬਾਂ ਤੇ ਪਾ ਲੈਂਦੀਆਂ ਹਨ ਅਤੇ ਬਾਕੀ ਸਰੀਰ ਦਾ ਭਾਰ ਪਿੱਛਾਂ ਵੱਲ ਨੂੰ ਉਲਾਰ ਦਿੰਦੀਆਂ ਹਨ। ਇਸ ਮੁਦਰਾ ਵਿੱਚ ਸਰੀਰ ਦੇ ਭਾਰ ਨੂੰ ਪੱਬਾਂ ਤੋਂ ਵੱਧ ਆਪਸੀ ਬਾਹਾਂ ਦੀ ਬਣਾਈ ਹੋਈ ਸੰਗਲੀ ਜਿਹੀ ਤੇ ਰੱਖਿਆ ਜਾਂਦਾ ਹੈ ਅਤੇ ਕਿੱਕਲੀ ਸੰਬੰਧੀ ਪ੍ਰਚਲਿਤ ਲੋਕ ਗੀਤਾਂ ਦੇ ਬੋਲਾਂ ਦਾ ਉਚਾਰਨ ਕੀਤਾ ਜਾਂਦਾ ਹੈ। ਕੁਝ ਲੋਕ ਗੀਤਾਂ ਵਿੱਚ ਇੱਕ ਇੱਕ ਹੱਥ ਨੂੰ ਛੱਡ ਕੇ ਮੁਦਰਾ ਸਿਰਜਣ ਹਿੱਤ ਵੀ ਉਛਾਲਿਆ ਜਾਂਦਾ ਹੈ। ਕੁੜੀਆਂ ਦੇ ਇਸ ਲੋਕ ਗੀਤ ਮਾਂ ਭਰਾ ਪਿਤਾ ਤੇ ਅਮੁੱਖ ਪਿਆਰ ਦਾ ਸੰਕੇਤ ਹੁੰਦੇ ਹਨ ਅਤੇ ਨਾਲ ਨਾਲ ਤਤਕਾਲੀ ਜੀਵਨ, ਤਤਕਾਲੀ ਹੁੰਦਾ ਹੈ ਉਸ ਸਮੇਂ ਦਾ, ਸਮਕਾਲੀ ਜੀਵਨ ਦਾ ਚਿਤਰਨ ਵੀ ਕਰਦੇ ਹਨ। ਅਜਿਹੀਆਂ ਕੁਝ ਸਤਰਾਂ ਜਿਹੜੀਆਂ ਨੇ ਉਹ ਆਪਾਂ ਦੇ ਸਕਦੇ ਹਾਂ ਇੱਥੇ। ਇਹ ਬੇਟਾ ਹੈ, ਆਪਣੀ ਗਈ ਸਾਵੇਂ ਗੰਗਾ ਚੜਾਈ ਵੰਗਾ, ਅਸਮਾਨੀ ਮੇਰਾ ਘੱਗਰਾ ਮੈਂ ਕਿਹੜੀ ਕਿੱਲੀ ਟੰਗਾ, ਨੀਵੇਂ ਐਸ ਕਿੱਲੀ ਟੰਗਾ ਨੀਵੇਂ ਉਸ ਕਿੱਲੀ ਟੰਗਾ। ਇਹ ਪਹਿਲਾਂ ਦੇ ਲੈਕਚਰਾਂ ਵਿੱਚ ਵੀ ਇਸਦੀ ਚਰਚਾ ਆਪਾਂ ਕੀਤੀ ਸੀ। ਹਾਂ ਬੇਟਾ ਅੱਗੇ ਹੈ, ਇਸ ਪ੍ਰਕਾਰ ਤੇਜ ਘੁੰਮਦੀਆਂ ਕੁੜੀਆਂ ਦੀਆਂ ਪਹਿਨੀਆਂ ਹੋਈਆਂ ਕੱਚ ਦੀਆਂ ਵੰਗਾਂ ਝਨਕਾਰ ਪੈਦਾ ਕਰਦੀਆਂ ਹਨ ਅਤੇ ਸਿਰਾਂ ਤੇ ਲਈਆਂ ਚੁੰਨੀਆਂ ਗਲਾਂ ਵਿੱਚ ਪੈ ਕੇ ਅਤੇ ਵਾਲਾਂ ਦੀਆਂ ਗੁੰਦੀਆਂ ਗੁੱਤਾਂ ਲਮਕਦੀਆਂ ਹੋਈਆਂ ਉਹਨਾਂ ਦੇ ਮੋਢਿਆਂ ਤੋਂ ਹੇਠਾਂ ਨੂੰ ਗੋਲ ਆਕਾਰ ਵਿੱਚ ਉੱਡਦੀਆਂ ਹੋਈਆਂ ਰੋਚਕ ਨਜ਼ਾਰਾ ਅਲੌਕਿਕ ਰੋਚਕ ਜਾਂ ਅਲੌਕਿਕ ਨਜ਼ਾਰਾ ਪੇਸ਼ ਕਰਦੀਆਂ ਹਨ। ਇਸ ਤਰ੍ਹਾਂ ਇਹ ਤਿੱਬਰ ਗਤੀ ਦਾ ਜੁੱਟ ਨਾਚ ਹੈ ਜਿਸ ਦੇ ਵਿੱਚ ਕਿਸੇ ਵੀ ਸਾਜ਼ ਦਾ ਜਿਹੜਾ ਹੈ ਜਾਂ ਕਿਸੇ ਪਹਿਰਾਵੇ ਦੀ ਇਸ ਦੇ ਵਿੱਚ ਜ਼ਰੂਰਤ ਨਹੀਂ ਹੈ। ਇਹ ਜਿਹੜੀ ਹੈ ਸਾਡੀ ਪਰੰਪਰਾਗਤ ਡਰੈਸ ਦੇ ਵਿੱਚ ਜਿਹੜਾ ਨਾਚ ਇਹ ਪਰਫੋਰਮ ਜਿਹੜਾ ਹੈ ਉਹ ਕੀਤਾ ਜਾਂਦਾ ਹੈ। ਹਾਂ ਬੇਟਾ ਅੱਗੇ ਹੈ, ਇਸ ਪ੍ਰਕਾਰ ਤੇਜ਼ ਘੁੰਮਦੀਆਂ ਕੁੜੀਆਂ, ਇਹ ਆਪਾਂ ਬੇਟਾ ਗੱਲ ਕਰ ਲਈਏ ਇਸ ਦੀ। ਅੱਗੇ ਬੇਟਾ ਲੋਕ ਨਾਚ ਇੱਕ ਹੈਗਾ ਹੁੱਲੇ ਹੁਲਾਰੇ। ਕੁਝ ਭੂਗੋਲਿਕ, ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਵੰਡਾਂ ਜਾਂ ਵਲਗਣਾਂ ਦੇ ਕਾਰਨਾਂ ਕਰਕੇ ਕੁਝ ਲੋਕ ਨਾਚ ਪੰਜਾਬ ਦੇ ਖਾਸ ਖਾਸ ਖਿੱਤੇ ਬੇਟਾ ਹੁੰਦੇ ਨੇ ਭਾਗ ਭੂਖੰਡ ਵਿੱਚ ਨੱਚੇ ਜਾਂਦੇ ਹਨ। ਹਾਂ ਬੇਟਾ ਅੱਗੇ ਆਪਣੇ ਅਜਿਹੇ ਲੋਕ ਨਾਚਾਂ ਵਿੱਚੋਂ ਹੁੱਲੇ ਹੁਲਾਰੇ ਅਜਿਹਾ ਲੋਕ ਨਾਚ ਹੈ ਜੋ ਸਾਂਝੇ ਪੰਜਾਬ ਦੇ ਜਿਹੜੇ ਸਮੇਂ ਹਿੰਦੂ, ਸਿੱਖ, ਮੁਸਲਮਾਨ ਅਤੇ ਹੋਰ ਧਰਮਾਂ ਦੀਆਂ ਇਸਤਰੀਆਂ ਹੋਲੀ ਅਤੇ ਲੋਹੜੀ ਵਰਗੇ ਮੰਗਲ ਤਿਉਹਾਰਾਂ ਸਮੇਂ ਘੇਰੇ ਦੇ ਰੂਪ ਦੇ ਵਿੱਚ ਨੱਚਦੀਆਂ ਸਨ। ਮੰਗਲ ਹੁੰਦਾ ਬੇਟਾ ਮਤਲਬ ਜਿਹੜਾ ਧਾਰਮਿਕ ਸ਼ੁਭ ਕਾਰਜ ਨੂੰ ਮੰਗਲ ਕਾਰਜ ਕਹਿੰਦੇ ਆ। ਪੁਰਾਤਨ ਗ੍ਰੰਥਾਂ ਵਿੱਚ ਇਸ ਨਾਚ ਦਾ ਨਾਂ ਹਲੀਸਨ ਸੀ ਅਤੇ ਇਸ ਦੀ ਪਰੰਪਰਾ ਦੇਵਦਾਸੀਆਂ ਦੀ ਨਾਚ ਪ੍ਰਥਾ ਦੇ ਨਾਲ ਜੁੜੀ ਹੋਈ ਦੱਸੀ ਜਾਂਦੀ ਹੈ। ਇਸ ਲੋਕ ਨਾਚ ਦੇ ਨਾਲ ਗਾਇਆ ਜਾਣ ਵਾਲਾ ਜਿਹੜਾ ਹੈ ਇੱਕ ਪ੍ਰਚਲਿਤ ਜਿਹੜਾ ਲੋਕ ਗੀਤ ਹੈ ਉਹ ਇੱਥੇ ਕੁਝ ਕੁ ਸਤਰਾਂ ਦਿੰਦੇ ਹਾਂ। ਪਹਿਲਾਂ ਵੀ ਇਹਨਾਂ ਦੀ ਚਰਚਾ ਕੀਤੀ ਹੈ। ਹੁੱਲੇ ਹੁਲਾਰੇ ਲੋਕ ਗੰਗਾ ਚੱਲੇ ਹੁੱਲੇ, ਸੱਸਾਂ ਤੇ ਸਹੁਰਾ ਚੱਲੇ ਹੁੱਲੇ, ਦਿਓਰ ਤੇ ਦਰਾਣੀ ਚੱਲੇ ਹੁੱਲੇ, ਵੋਟੀ ਤੇ ਗੱਭਰੂ ਚੱਲੇ ਹੁੱਲੇ, ਸੋਕਣ ਨਾਲ ਲੈ ਚੱਲੇ ਹੁੱਲੇ, ਮੈਨੂੰ ਕੱਲੀ ਛੱਡ ਚੱਲੇ ਹੁੱਲੇ। ਇਸ ਦੇ ਵਿੱਚ ਬੇਟਾ ਮਿੱਠਾ ਜਿਹਾ ਨਿਹੋਰਾ ਵੀ ਹੈ। ਹਾਂ ਬੇਟਾ, ਨੱਚਣ ਵਾਲੀਆਂ ਜਿਹੜੀਆਂ ਇਸਤਰੀਆਂ ਨੇ ਵਿੱਚੋਂ ਜੋ ਇਸਤਰੀ ਪਿੜ ਵਿੱਚ ਮੁਦਰਾਵਾਂ ਦਾ ਸੰਚਾਰ ਕਰ ਰਹੀ ਹੁੰਦੀ ਸੀ ਉਹ ਹਰ ਇੱਕ ਤੁੱਕ ਦਾ ਪਹਿਲਾ ਭਾਗ ਉਚਾਰਦੀ ਤੇ ਬਾਕੀ ਸਮੂਹ ਸਾਥਣਾ ਹੁੱਲੇ ਹੁੱਲੇ ਇਹ ਜਿਹੜਾ ਸ਼ਬਦ ਦਾ ਉਚਾਰਨ ਕਰਦੀਆਂ ਸਨ। ਇਸ ਲੋਕ ਨਾਚ ਦੀਆਂ ਵਿਸ਼ੇਸ਼ ਮੁਦਰਾਵਾਂ ਜਿਹੜੀਆਂ ਨੇ ਮੁਦਰਾਵਾਂ ਹੱਥਾਂ ਦੇ ਹੁਲਾਰੇ, ਲੱਕ ਮਟਕਾਉਣਾ, ਪੈਰਾਂ ਨੂੰ ਠੁਮਕਾਉਣਾ, ਤਾੜੀਆਂ ਮਾਰਨਾ ਅਤੇ ਤੇਜ਼ ਗਤੀ ਨਾਲ ਘੁੰਮਣਾ ਹੁੰਦੀਆਂ ਹਨ। ਅੱਜ ਕੱਲ ਇਹ ਲੋਕ ਨਾਚ ਗਿੱਧੇ ਨਾਚ ਦੇ ਵਿੱਚ ਉਪਰੋਕਤ ਗੀਤ ਦੇ ਨਾਲ ਨਾਲ ਇੱਕ ਮੁਦਰਾ ਵਜੋਂ ਹੀ ਰਹਿ ਗਿਆ ਹੈ। ਭਾਵ ਕੀ ਹੈ, ਇਹ ਲਗਭਗ ਲੋਕ ਨਾਚ ਜਿਹੜਾ ਹੈ ਇਸਤਰੀਆਂ ਦਾ ਇਹ ਅਲੋਪ ਹੋਣ ਦੇ ਕੰਢੇ ਹੈ। ਹਾਂ ਬੇਟਾ, ਪਰ ਫੇਰ ਵੀ ਜਿਹੜਾ ਹੈ ਉਹ ਸਾਨੂੰ ਗਿੱਧੇ ਦੇ ਵਿੱਚ ਜਿਹੜਾ ਹੈ ਇਸ ਦੀਆਂ ਕੁਝ ਕੁ ਮੁਦਰਾਵਾਂ ਜਾਂ ਮਿਲ ਜਾਂਦੀਆਂ ਨੇ। ਲੁੱਡੀ ਬੇਟਾ ਜਿਹੜਾ ਹੈ ਉਹ ਇਸਤਰੀਆਂ ਦਾ ਇੱਕ ਹੋਰ ਲੋਕ ਨਾਚ ਹੈ। ਲੁੱਡੀ ਪੰਜਾਬ ਵਿੱਚ ਪ੍ਰਚਲਿਤ ਰਹੇ ਇਸਤਰੀ ਲੋਕ ਨਾਚਾਂ ਵਿੱਚ ਲੁੱਡੀ ਨੂੰ ਵੀ ਵਿਸ਼ੇਸ਼ ਥਾਂ ਹਾਸਲ ਸੀ। ਬੇਸ਼ੱਕ ਇਹ ਨਾਚ ਮਰਦਾਂ ਦੁਆਰਾ ਵੀ ਨੱਚਿਆ ਜਾਂਦਾ ਰਿਹਾ ਹੈ ਬੇਟਾ। ਇਸ ਤਰ੍ਹਾਂ ਇਹ ਮਰਦ ਤੇ ਇਸਤਰੀ ਦੋਵਾਂ ਦਾ ਹਰਮਨ ਪਿਆਰਾ ਲੋਕ ਨਾਚ ਰਿਹਾ ਹੈ, ਪਰੰਤੂ ਇਸਤਰੀਆਂ ਦੀ ਸੰਚਾਰ ਤੇ ਪ੍ਰਗਟਾਓ ਢੰਗ ਵੱਖਰੀ ਕਿਸਮ ਦਾ ਹੁੰਦਾ ਹੈ, ਕਿਉਂਕਿ ਜਿਹੜੀ ਸਰੀਰਕ ਬਣਤਰ ਹੈ
ਉਹ ਕੁਦਰਤ ਵੱਲੋਂ ਇਸਤਰੀ ਤੇ ਮਰਦ ਨੂੰ ਵੱਖਰੀ ਵੱਖਰੀ ਦਿੱਤੀ ਗਈ ਹੈ ਤੇ ਮਰਦ ਦੇ ਮੁਕਾਬਲੇ ਇਸਤਰੀ ਦਾ ਜਿਹੜਾ ਸਰੀਰ ਹੈ ਉਹ ਜ਼ਿਆਦਾ ਲਚਕਦਾਰ ਹੁੰਦਾ ਹੈ, ਇਸ ਦੇ ਵਿੱਚ ਜ਼ਿਆਦਾ ਲਚਕ ਹੁੰਦੀ ਹੈ, ਇਸ ਦੇ ਵਿੱਚ ਜਿਹੜਾ ਹੈ ਮਤਲਬ ਜਿਹੜਾ ਹੈ ਇਸਤਰੀਆਂ ਦੇ ਵਿੱਚ ਆਪਣੇ ਨਖਰਾ ਜਿਹੜਾ ਦਿਖਾਉਣ ਦੀ ਜਿਹੜਾ ਕਿ ਲੋਕ ਨਾਚਾਂ ਦੇ ਵਿੱਚ ਇਸ ਨੂੰ ਬਹੁਤ ਜ਼ਿਆਦਾ ਲਾਈ ਕੀਤਾ ਜਾਂਦਾ ਨਖਰੇ ਨੂੰ ਵੀ, ਤੇ ਇਹ ਮਤਲਬ ਜਿਹੜਾ ਹੈ ਤੇ ਇਹ ਦਿਲ ਖਿੱਚਵਾਂ ਵੀ ਹੁੰਦਾ ਹੈ। ਇਹ ਨਖਰੇ ਦੀ ਕਲਾ ਜਿਹੜੀ ਸਿਰਫ ਜਿਹੜੀ ਪਾਈ ਗਈ ਹੈ ਉਹ ਇਸਤਰੀਆਂ ਦੇ ਵਿੱਚ ਪਾਈ ਗਈ ਹੈ, ਇਸ ਕਰਕੇ ਇਹ ਭਾਵੇਂ ਲੋਕ ਨਾਚ ਮਤਲਬ ਇੱਕ ਹੈ ਪਰੰਤੂ ਇਸ ਦੀਆਂ ਜਿਹੜੀਆਂ ਮੁਦਰਾਵਾਂ ਨੇ ਉਹ ਇਸਤਰੀ ਤੇ ਮਰਦਾਂ ਦੀਆਂ ਅੱਡ ਅੱਡ ਹਨ। ਹਾਂ ਬੇਟਾ, ਅੱਗੇ ਆ ਗਿਆ ਧਮਾਲ। ਧਮਾਲ ਜਿਹੜਾ ਹੈ, ਧਮਾਲ ਬੋਲੀ ਜਾਂ ਟੱਪੇ ਦੇ ਨਾਲ ਨਾਲ ਨੱਚਿਆ ਜਾਣ ਵਾਲਾ ਸੁਤੰਤਰ ਕਿਸਮ ਦਾ ਇੰਡੀਪੈਂਡੈਂਟ ਨੇਚਰ ਦਾ ਜਿਹੜਾ ਹੈ ਕਿਸਮ ਦਾ ਲੋਕ ਨਾਚ ਹੈ, ਫੋਕ ਡਾਂਸ ਹੈ। ਮਤਲਬ ਜੇ ਇਹ ਅੱਜ ਤਕਰੀਬਨ ਅਲੋਪ ਕੰਢੇ ਹੈ, ਇਸ ਕਰਕੇ ਪਾਸਟ ਦੇ ਵਿੱਚ ਇਸ ਨੂੰ ਕਹਿਣਾ ਜ਼ਿਆਦਾ ਠੀਕ ਹੋਏਗਾ। ਵਿਸ਼ੇਸ਼ ਲੋਕ ਨਾਚ ਸੀ ਜੋ ਕਿ ਹੁੱਲੇ ਹੁਲਾਰੇ ਵਾਂਗ ਗਿੱਧ ਦੇ ਵਿੱਚ ਇੱਕ ਮੁਦਰਾ ਤੱਕ ਹੀ ਸਿਮਟ ਕੇ ਰਹਿ ਗਿਆ ਹੈ। ਇੱਕ ਮੁਦਰਾ ਸਿਰਫ ਰਹਿ ਗਈ ਹੈ, ਜਿਹੜੀਆਂ ਵੱਖ ਵੱਖ ਮੁਦਰਾਵਾਂ ਸੀ ਉਹ ਅਲੋਪ ਹੋ ਗਈਆਂ ਨੇ। ਇੱਕ ਕੋਈ ਇੱਕ ਅੱਧੀ ਜਿਹੜੀ ਮੁਦਰਾ ਹੈ ਉਹ ਗਿੱਧੇ ਦੇ ਵਿੱਚ ਮਤਲਬ ਜਿਹੜਾ ਹੈ ਉਹ ਦੇਖਣ ਨੂੰ ਜਿਹੜੀ ਮਿਲਦੀ ਹੈ। ਤੇ ਕੁਝ ਇਸਤਰੀਆਂ ਦੇ ਲੋਕ ਨਾਚਾਂ ਦੇ ਬਾਰੇ ਆਪਾਂ ਅੱਗੇ ਪਹਿਲਾਂ ਵੀ ਚਰਚਾ ਕੀਤੀ ਹੈ। ਉਹਨਾਂ ਦੇ ਵਿੱਚ ਬੇਟਾ ਹੈ ਜਿਹੜਾ ਟਿੱਪਰੀ ਜਿਹੜਾ ਹੈ, ਡੰਡਾਸ ਹੈ, ਫੜੂਹਾ, ਘੁੰਮਰ ਤੇ ਸਪੇਰਾ ਨਾਚ। ਸਪੇਰਾ ਨਾਚ ਬਾਰੇ ਮੈਂ ਤੁਹਾਨੂੰ ਦੱਸਿਆ ਸੀ ਵੀ ਸਪੇਰਾ ਜਿਵੇਂ ਬੀਨ ਵਜਾਉਂਦਾ ਹੈ ਤੇ ਉਹ ਮਤਲਬ ਜਿਹੜੀ ਨਾਗਣ ਜਿਹੜੀ ਹੈ ਉਹ ਹੁਲਾਰੇ ਲੈ ਕੇ ਤੇ ਬੀਨ ਦੀ ਮਤਲਬ ਜਿਹੜਾ ਟਿਊਨ ਤੇ ਜਿਹੜੀ ਹੈ ਉਹ ਡਾਂਸ ਕਰਦੀ ਪ੍ਰਤੀਤ ਹੁੰਦੀ ਹੈ। ਤੇ ਇਸੇ ਤਰ੍ਹਾਂ ਇਸਤਰੀਆਂ ਜਿਹੜੀਆਂ ਨੇ ਬੀਨ ਦੇ ਉੱਤੇ ਆਪਣਾ ਨਾਗ ਦੀ ਤਰ੍ਹਾਂ ਵੰਨ ਆਪਣੇ ਸਰੀਰ ਨੂੰ, ਇੰਨਾ ਇਹਨਾਂ ਦਾ ਲਚਕਦਾਰ ਸਰੀਰ ਹੁੰਦਾ ਹੈ ਕਿ ਵਿੰਗ ਬਲਾਵੇਂ ਜਿਹੜਾ ਪਾ ਕੇ ਇਹ ਲੋਕ ਨਾਚ ਜਿਹੜਾ ਹੈ ਨਾਗਣ ਡਾਂਸ ਜਿਹੜਾ ਹੈ ਬਹੁਤ ਵਧੀਆ ਢੰਗ ਦੇ ਨਾਲ ਕਰਦੀਆਂ ਰਹੀਆਂ। ਤਾਂ ਅੱਜ ਵੀ ਕਿਧਰੇ ਕਿਧਰੇ ਮਤਲਬ ਸਪੇਰਿਆਂ ਦੀਆਂ ਜੁੰਡਲੀਆਂ ਦੇ ਵਿੱਚ ਇਹ ਲੋਕ ਨਾਚ ਜਿਹੜਾ ਸਾਨੂੰ ਦੇਖਣ ਨੂੰ ਮਿਲਦਾ ਹੈ, ਜਾਂ ਕੋਈ ਬਣਾਉਟੀ ਬੀਨ ਜਿਹੜੀ ਹੈ ਪਿੱਛੋਂ ਟਿਊਨ ਚਲਾ ਕੇ ਸਟੇਜ ਦੇ ਉੱਤੇ ਜਿਹੜੀਆਂ ਨੇ ਉਹ ਟਿਊਨ ਦੇ ਉੱਤੇ ਜਿਹੜੀਆਂ ਮੁਟਿਆਰਾਂ ਜਿਹੜੀਆਂ ਨੇ ਉਹ ਇਹ ਲੋਕ ਨਾਚ ਜਿਹੜਾ ਹੈ ਉਹ ਨਾਗਣ ਡਾਂਸ ਪੇਸ਼ ਕਰ ਲੈਂਦੀਆਂ ਹਨ। ਹਾਂ ਬੇਟਾ, ਕੱਲ੍ਹ ਜਿਹੜਾ ਹੈ ਆਪਾਂ ਅੱਗੇ ਨੈਕਸਟ ਤੁਹਾਡਾ ਕੁਸ਼ਚਨ ਕੰਟੀਨਿਊ ਕਰਾਂਗੇ। ਤੁਸੀਂ ਘਰਾਂ ਦੇ ਵਿੱਚ ਰਹਿ ਕੇ ਜਿਹੜਾ ਹੈ ਕੋਰੋਨਾ ਮਹਾਂਮਾਰੀ ਤੋਂ ਬਚੋ ਤੇ ਸਟੇ ਹੋਮ ਸਟੇ ਸੇਫ ਜਿਹੜਾ ਹੈ ਰਹੋ ਤੇ ਆਪਣੇ ਲਗਾਤਾਰ ਹੱਥ ਧੋਂਦੇ ਰਹੋ, ਡਿਸਟੈਂਸ ਜਿਹੜੀ ਹੈ ਸੋਸ਼ਲ ਡਿਸਟੈਂਸ ਜਿਹੜੀ ਬਣਾ ਕੇ ਰੱਖੋ ਤੇ ਜਿਹੜਾ ਹੈ ਉਹ ਇੱਕ ਦੂਜੇ ਤੋਂ ਜਿਹੜਾ ਅਜਨਬੀਆਂ ਦੇ ਵਿੱਚ ਨਾ ਘੁਲੋ ਮਿਲੋ। ਇਸ ਦੇ ਵਿੱਚ ਹੀ ਤੁਹਾਡੀ ਬਿਹਤਰੀ ਹੈ, ਤੁਹਾਡੇ ਪਰਿਵਾਰ ਦੀ ਬਿਹਤਰੀ, ਤੁਹਾਡੇ ਯਾਰਾਂ ਦੋਸਤਾਂ ਦੀ ਤੇ ਹੋਰ ਦੂਸਰਿਆਂ ਦੀ ਬਿਹਤਰੀ ਹੈ। ਥੈਂਕ ਯੂ ਵੈਰੀ ਮੱਚ। ਓਕੇ।